ਵੈਲਕਮ ਬੈਕ ਟੂ ਮਾਈ ਚੈਨਲ ਗਨੂਸ ਕੁਕਿੰਗ। ਅੱਜ ਦੀ ਵੀਡੀਓ ਤੁਹਾਨੂੰ ਗੁੱਡੇ ਵਿਖਾਉਣਾ, ਦੋ ਤਵੇ ਦੇ ਕੁਛ ਪਤੰਗਾਂ ਵਿਖਾਉਣਾ, ਪੰਜ ਗਿੱਠੀ ਦੀਆਂ, ਪੰਜ ਸਾਢੇ ਪੰਜ ਗਿੱਠੀ ਦੀਆਂ। ਅਤੇ ਪਹਿਲੇ ਤਾਂ ਗੁੱਡੇ ਦਾ ਡਿਜ਼ਾਇਨ ਚੈੱਕ ਕਰੋ ਪਹਿਲੇ। ਕਾਸ਼ ਹੀ ਕਿਸੇ ਨੇ ਦੇਖਿਆ ਹੋਵੇਗਾ ਗੁੱਡਾ, ਐਂ ਤਾਂ ਗੁੱਡਾ ਕਿਸੇ ਨੇ ਵੇਖਿਆ ਹੀ ਨਹੀਂ ਹੋਣਾ। ਪਹਿਲੀ ਗੱਲ ਤਾਂ ਦੋ ਤਵਾ ਬਣਾਇਆ ਜੀ, ਅਤੇ ਗੁੱਡੇ ਦਾ ਡਿਜ਼ਾਇਨ ਚੈੱਕ ਕਰੋ ਕਿੰਨਾ ਵਧੀਆ। ਗੁੱਡੇ ਤਾਂ ਜ਼ਿਆਦਾ ਆ ਗਏ ਆ, ਦੋ ਦੋ ਕੜਕ ਰੱਖੇ। ਆਹ ਚੈੱਕ ਕਰੋ ਗੁੱਡਾ, ਕਮੈਂਟ 'ਤੇ ਦੱਸਿਓ ਬਾਕੀ ਕਹਿੰਦਾ ਗੁੱਡਾ। ਗੁੱਡੇ ਦਾ ਇੱਕ ਨਾ ਫੇਸ ਬਣਿਆ ਇੱਕ ਹਿਸਾਬ ਦਾ ਪੂਰਾ, ਚੈੱਕ ਕਰੋ। ਅੱਖਾਂ ਵੀ ਲੱਗੀ, ਨੱਕ ਵੀ ਲੱਗੇ, ਮੁੱਛਾਂ ਵੀ ਲੱਗੀਆਂ, ਦੰਦ ਵੀ ਬਣੇ। ਅਤੇ ਆਹ ਚੈੱਕ ਕਰੋ, ਆਹ ਉੱਤੇ ਸਕੈਚਿੰਗ ਦਾ ਕੰਮ ਹੋਇਆ, ਜਿਹੜੀਆਂ ਮਤਲਬ ਲੀਕਾਂ ਹੈਗੀਆਂ ਨਾ, ਆਹ ਸਕੈਚ ਨਾਲ ਕੀਤਾ, ਮਤਲਬ ਡੱਬੇ ਨਹੀਂ ਲੱਗੇ ਹੋਏ, ਆਹ ਸਕੈਚ ਨਾਲ ਕੰਮ ਕੀਤਾ। ਬਾਕੀ ਜਿਹੜਾ ਬਲੈਕ ਲੱਭਣ ਦਿਆ, ਉਹ ਤਾਂ ਕਾਲੇ ਗੁੱਡੇ ਦੇ ਉੱਤੇ ਕੰਮ ਹੋਇਆ ਸਾਡਾ। ਇੱਕ ਤੁਹਾਨੂੰ ਮੈਂ ਬੈਕ ਸਾਈਡ ਤੋਂ ਵੀ ਗੁੱਡਾ ਦਿਖਾ ਦਿੰਦਾ। ਅੱਠ ਕੁ ਗੁੱਡੇ ਬਣਾਏ ਸੀ, ਅਤੇ ਗੁੱਡੇ ਬਹੁਤ ਜ਼ੋਰਦਾਰ ਬਣੇ। ਆਹ ਚੈੱਕ ਕਰੋ, ਬੈਕ ਸਾਈਡ ਤੋਂ ਪੂਰਾ ਬਲੈਕ ਹੈ ਗੁੱਡਾ, ਅਤੇ ਫਰੰਟ ਸਾਈਡ। ਬਾਕੀ ਗੁੱਡਾ ਦੱਸੋ ਕਿੰਦਾ ਬਣਿਆ ਗੁੱਡਾ, ਬਹੁਤ ਵਧੀਆ ਗੁੱਡਾ ਬਣਿਆ। ਜਿੰਨੇ ਗੁੱਡੇ ਬਣਾਏ ਨਾ ਹੁਣ ਤੱਕ, ਸਭ ਤੋਂ ਵਧੀਆ ਗੁੱਡਾ ਬਣਿਆ ਜੀ ਹੁਣ ਤੱਕ ਦਾ। ਉਹ ਗੁੱਡਿਆਂ ਵਾਲੇ ਗੁੱਡੇ ਤੋਂ ਬਾਅਦ ਮੈਨੂੰ ਕੋਈ ਵਧੀਆ ਲੱਗਾ ਗੁੱਡਾ ਆਹ ਹੈਗਾ ਜੀ। ਇੱਕ ਆਹ ਹੈ, ਦੋ ਕਲਰ 'ਚ ਬਣਾਏ, ਇੱਕ ਉੱਥੋਂ ਉੱਥੋਂ ਚੇਂਜ ਕੀਤਾ ਕਲਰ, ਉੱਥੇ ਗ੍ਰੀਨ ਹੈਗਾ ਅਤੇ ਅਦੇ ਯੈਲੋ ਹੈਗਾ, ਬਸ ਆਹ ਥੋੜ੍ਹਾ ਚੇਂਜ ਕੀਤਾ। ਆਹ ਚੈੱਕ ਕਰੋ ਗੁੱਡੇ, ਅੱਠ ਕੁ ਗੁੱਡੇ ਸੀ, ਬਾਕੀ ਸਿੱਧੂ ਮੂਸੇ ਵਾਲੇ ਵੀ ਗੁੱਡੇ ਇੱਥੇ ਪਏ ਹੋਏ ਆ। ਆਹ ਤਾਂ ਵੇਖੇ ਹੀ ਹੋਣੇ, ਗ੍ਰੀਨ ਪੱਗ, ਪਿੰਕ, ਓਰੇਂਜ, ਉਹ ਰੈੱਡ, ਇੱਕ ਆ ਮਿੱਟੀ ਜਿਹੇ ਕਲਰ ਦੀ ਹੈਗੀ। ਬਾਕੀ ਕੱਲ੍ਹ ਮੈਂ ਲਾਈਵ ਵੀਡੀਓ 'ਚ ਵੀ ਵਿਖਾਏ ਸੀ ਗੁੱਡੇ। ਆਹ ਚੈੱਕ ਕਰੋ ਗੁੱਡੇ, ਬਾਕੀ ਗੁੱਡਿਆਂ ਦੇ ਕੁਆਲਿਟੀ ਚੈੱਕ ਕਰੋ, ਕੁਆਲਿਟੀ ਤਾਂ ਆਹ ਹੁੰਦੀ ਤੀਲਿਆਂ ਦੀ, ਥੋੜ੍ਹੀ ਪੂਰੇ ਸਿੱਕੇ ਦੇ ਉੱਤੇ। ਆਹ ਚੈੱਕ ਕਰੋ ਬੈਕ ਸਾਈਡ ਵੀ, ਜੇ ਦੇਖੋਗੇ ਗੁੱਡਾ ਪਤਾ ਲੱਗਦਾ ਸਾ, ਹਾਂ ਗੁੱਡਾ ਸਫਾਈ ਨਾਲ ਬਣਿਆ ਪੂਰੀ। ਆਹ ਚੈੱਕ ਕਰੋ, ਬੜਾ ਗੁੱਡੇ ਹੋਲ ਵੀ ਬਣਾਉਣੇ ਮੂਸੇ ਵਾਲੇ ਦੇ, ਵੀ ਤਾਂ ਜੂੰ ਜੂੰ ਬਣੀਆਂ ਹੋਣਗੇ, ਵੀਡੀਓ ਨਾਲ ਨਾਲ ਆਈ ਜਾਂਦੀਆਂ। ਆਹ ਚੈੱਕ ਕਰੋ ਗੁੱਡੇ, ਆਹ ਕਲਰ ਹੀ, ਇੱਕ ਦੋ ਤਿੰਨ ਚਾਰ ਪੰਜ ਛੇ, ਪੂਰੇ ਛੇ ਹੀ ਕਲਰ ਹੈਗੇ, ਛੇ ਜਿੰਨੇ ਮਤਲਬ ਨਿਊਨ ਕਾਗਜ਼ ਹੁੰਦੇ ਨਾ ਜਿਹੜੇ, ਜਿੰਨੇ ਕ ਓਨੇ ਹੀ ਕਲਰ ਬਣਾ ਦਿੰਦਾ ਮੈਂ। ਪੱਗਾਂ ਹੀ ਚੇਂਜ ਹੁੰਦੀਆਂ ਬਸ, ਬਾਕੀ ਇੱਦਾਂ ਨਹੀਂ ਕੋਈ ਬਣਾ ਸਕਦਾ ਗੁੱਡਾ। ਜਿਹੜੀ ਪੱਗ ਕੀਤੀ ਨਾ ਪਹਿਲੇ ਬਲੈਕ ਵਾਲੇ ਬਣਾਏ ਸੀ, ਉਹ ਤਾਂ ਚਲੋ ਸਟਿੱਕਰ ਨਿਕਲ ਹੀ ਜਾਂਦੇ, ਬਾਕੀ ਆਹ ਜਿਹੜੀ ਕਲਰਫੁੱਲ ਪੱਗ ਵਾਲਾ ਨਾ, ਆਹ ਕੋਈ ਨਹੀਂ ਬਣਾ ਸਕਦਾ ਗੁੱਡਾ ਮੂਸੇ। ਬਾਕੀ ਇੱਕ ਆਹ ਗੁੱਡਾ, ਇਹਦਾ ਤਾਂ ਕਹਿਣਾ ਹੀ ਕੀ, ਆਹ ਵੀ ਗੁੱਡੇ 'ਚ ਅੱਠ ਗਏ ਆ, ਆਹ ਦੋ ਦੋ ਕੀਤੇ ਸੀ। ਆਹ ਚੱਕਰ ਸੇਮ ਸੇਮ ਹੀ ਡਿਜ਼ਾਇਨ ਹੈਗਾ, ਇੱਥੇ ਰੱਖੀ ਆ ਨਾ, ਬਾਅਦ 'ਚ ਹੁਣ ਪਤੰਗਾਂ ਵਿਖਾਉਂਦਾ ਮੈਂ। ਪਤੰਗਾਂ ਦੋ ਡਿਜ਼ਾਇਨ 'ਚ ਹੈਗੀਆਂ, ਇੱਕ ਬਲੈਕ ਕਲਰ 'ਚ ਹੈਗੀ ਆ ਅਤੇ ਇੱਕ ਵਾਈਟ ਕਲਰ 'ਚ ਹੈਗੀ ਆ, ਹਾਂ ਡਿਜ਼ਾਇਨ ਵੀ ਚੇਂਜ ਹੈਗੇ ਆ। ਅਤੇ ਪੰਜ ਕੁ ਪਤੰਗਾਂ ਹੈਗੀਆਂ, ਤਿੰਨ ਚਿੱਟੀਆਂ ਅਤੇ ਦੋ ਕਾਲੀਆਂ ਹੈਗੀਆਂ ਪਤੰਗਾਂ, ਡਿਜ਼ਾਇਨ ਵੀ ਅਲੱਗ ਅਲੱਗ ਹੈਗੇ ਦੋਨਾਂ ਪਤੰਗਾਂ। ਬਾਕੀ ਆਹ ਪਤੰਗ ਚੈੱਕ ਕਰੋ, ਇਹ ਵੀ ਪੰਜ ਗਿੱਠੀ ਪਤੰਗ ਹੀ ਹੈ। ਬਾਕੀ ਆਹ ਪਤੰਗ 'ਤੇ ਵੀ ਇੱਦਾਂ ਕੋਈ ਡਿਜ਼ਾਇਨ ਪਾਈ ਹੈ, ਬਟ ਮੈਨੂੰ ਨਹੀਂ ਲੱਗਦਾ ਇਹਦੇ 'ਤੇ ਕੋਈ ਡਿਜ਼ਾਇਨ ਪੈ ਸਕਦਾ, ਕਿਉਂਕਿ ਆਹ ਵਿੱਚ ਜਿਹੜਾ ਡੱਬਾ ਲੱਗ ਗਿਆ ਨਾ ਥੱਲੇ, ਡੱਬੇ ਕਾੜਨ ਨਾ ਕੋਈ ਡਿਜ਼ਾਇਨ ਮੁਸ਼ਕਲ ਹੀ ਆ ਕੋਈ ਲੱਗੇ। ਪੰਜ ਕੁ ਗਿੱਠੀ ਦੀ ਪਤੰਗ ਹੈਗੀ, ਆਹ ਦੇਖੋ ਜੋੜ ਪਿਆ ਹੈ ਕਾਗਜ਼ ਵਿੱਚ। ਬਾਕੀ ਆਹ ਵੀ ਸੱਤ ਕੁ ਪਤੰਗਾਂ ਹੈਗੀਆਂ,
ਆਹ ਪਤੰਗਾਂ ਚੋਰ ਸਾਈਜ਼ ਹੈਗੀਆਂ, ਬਾਕੀ ਵੇਖਦਾ ਇਹਨਾਂ ਨੂੰ ਡਿਜ਼ਾਇਨ ਕਰਨਾ ਕਿ ਨਹੀਂ ਕਰਨਾ, ਬਾਕੀ ਪਤੰਗਾਂ ਦੀ ਕੰਡੀਸ਼ਨ ਬੜੀ ਖਰਾਬ ਹੋ ਗਈ, ਮਤਲਬ ਉਹ ਥੋੜ੍ਹਾ ਕਲਰ ਹੀ ਇਸ ਤਰ੍ਹਾਂ ਦਾ ਲੱਗਾ ਹੈ ਨਾ, ਤਾਂ ਕਰਕੇ ਬਾਕੀ ਪਤੰਗਾਂ ਵਧੀਆ ਹੈਗੀਆਂ। ਅਤੇ ਜੇ ਤਾਂ ਹਵਾ ਚੱਲੀ ਗੱਲ ਹੈ ਅਤੇ ਇੱਕ ਅੱਧੀ ਦੀ ਫਲਾਇੰਗ ਡਸ ਕਰਕੇ ਵਿਖਾਵਾਂ, ਕਿਉਂਕਿ ਰੰਗ ਉੱਡਦਾ ਹੋਇਆ ਬਹੁਤ ਵਧੀਆ ਲੱਗਦਾ ਜੀ, ਜਾਂ ਵੇਖਦਾ ਇਹਨੂੰ ਹੀ ਨਹੀਂ ਡੱਡਾ ਤਾਂ ਪਤੰਗ ਵੀ ਵੱਡੀ ਉੱਤੋਂ ਉਹ ਮੋਟੀ ਡੋਰ ਨਾ ਉੱਡ, ਵਧੀਆ ਉੱਡ ਜਾਏਗੀ, ਵਧੀਆ ਫਲਾਇੰਗ ਡਸ ਹੋਈ। ਬਾਕੀ ਇੱਥੇ ਵੇਖਦਾ ਕੋਈ ਡਿਜ਼ਾਈਨ ਹੋਵੇ, ਜੇ ਕਿਸੇ ਕੋਲ ਹੋਏਗਾ ਤਾਂ ਭੇਜ ਦਿਓ, ਸ਼ਾਇਦ ਇੱਥੇ ਜੇ ਹੀ ਗ੍ਰੀਨ ਪੇਪਰ ਦਾ ਉੱਤੇ ਪਾਉਣ ਲੱਗ ਜਾਣਾ ਇੱਕ, ਅਤੇ ਉੱਥੇ ਉੱਥੇ ਵੱਡੇ ਵੱਡੇ ਇਸ ਤਰ੍ਹਾਂ ਜੇ ਲੱਗ ਜਾਣ ਤਾਂ ਵਧੀਆ ਲੱਗੇ। ਅਤੇ ਆਹ ਹੀ ਪਤੰਗਾ, ਆ ਪਤੰਗ ਚੈੱਕ ਕਰੋ ਪਹਿਲੇ ਤਾਂ ਡਿਜ਼ਾਇਨ ਦੇਖੋ ਪਤੰਗ ਦਾ ਕਿੰਨਾ ਵਧੀਆ ਲੱਗਣ ਦੇ ਰਿਹਾ। ਪੰਜ ਗਿੱਠੀ ਹੈਗੀਆਂ, ਜੋੜੀ ਹੈਗੀ ਹੈ, ਇਹ ਇੱਕ ਜੋੜੀ ਬਣਾਈ ਹੈ ਅਤੇ ਇੱਕ ਡਿਜ਼ਾਇਨ ਦੀਆਂ ਤਿੰਨ ਪਤੰਗਾਂ ਬਣੀਆਂ, ਜੋੜੀ ਤੋਂ ਇੱਕ ਵੱਧ ਹੀ ਬਣ ਗਈ ਆ। ਉਹ ਇੱਕ ਪਤੰਗ ਚਿੱਟੀ ਹੋਰ ਹੁੰਦੀ, ਉਹ ਫਿਰ ਚਾੜ ਹੋ ਜਾਣੀ ਆ, ਉਹ ਵਧੀਆ ਲੱਗਣੀ, ਉਹ ਵੀ ਡਿਜ਼ਾਇਨ ਬਹੁਤ ਜ਼ਬਰਦਸਤ ਹੈਗਾ ਹੈ, ਆਹ ਚੈੱਕ ਕਰੋ। ਬਾਕੀ ਆਹ ਡਿਜ਼ਾਇਨ ਤਾਂ ਬਹੁਤ ਵਧੀਆ ਲੱਗਾ ਮੈਨੂੰ, ਬਲੈਕ ਦੇ ਉੱਤੇ ਜਿਹੜਾ ਰੈੱਡ ਅਤੇ ਵਾਈਟ ਦਾ ਕੋਂਬੀਨੇਸ਼ਨ ਹੋਇਆ ਨਾ, ਬੜਾ ਜ਼ਬਰਦਸਤ ਜੀ। ਇਹੀ ਸੇਮ ਸਾਈਜ਼ ਦੀ ਇਹ ਪਤੰਗ ਹੈ, ਬਟ ਥੋੜ੍ਹੀ ਇੰਡੀਅਨ ਸਟਾਈਲ ਦੀ ਬਣੀ ਹੋਈ ਆ, ਆਹ ਪੂਰੀ ਪਾਕਿਸਤਾਨੀ ਸ਼ੇਪ ਦੀ ਬਣੀ, ਇੱਥੇ ਸ਼ੇਪ ਤੋਂ ਪਤਾ ਲੱਗਦਾ ਹੀ ਹੋਣਾ ਤੁਹਾਨੂੰ। ਆਹ ਪਤੰਗਾਂ ਆਈਆਂ ਸੀ ਆਹ ਉੱਤੇ, ਇਹ ਬਸ ਡਿਜ਼ਾਇਨਿੰਗ ਮੈਂ ਕੀਤੀ ਆ, ਪਤੰਗਾਂ ਨਹੀਂ ਮੇਰੀਆਂ ਬਣੀਆਂ ਹੋਈਆਂ, ਬਾਕੀ ਪਤੰਗਾਂ ਸੈੱਟ ਹੈਗੀਆਂ। ਪੂਰੀ 16 ਤਾੜ 18 ਤਾੜ ਨਾਲ ਉੱਡਣ ਵਾਲੀ ਹੈਗੀ, ਅਤੇ ਇੱਕ ਡਿਜ਼ਾਇਨ ਆਹ ਚੈੱਕ ਕਰੋ, ਆਹ ਵੀ ਬਹੁਤ ਜ਼ਬਰਦਸਤ ਡਿਜ਼ਾਇਨ ਬਣਿਆ ਆ, ਵਾਈਟ ਦੇ ਉੱਤੇ ਜਿਹੜਾ ਕੋਂਬੀਨੇਸ਼ਨ ਕੀਤਾ ਨਾ। ਬਾਕੀ ਆਹ ਜਿਹੜੀ ਬੜੀਕੀ ਨਾਲ ਕੀਤਾ ਨਾ ਕੰਮ, ਉੱਥੇ ਪੈਂਦੀ ਦੇ ਥੱਲੇ ਵੀ ਲਏ ਹੋਏ ਮੈਂ, ਉੱਥੇ ਨਹੀਂ ਛੱਡਦਾ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਪਤੰਗ ਦੇ ਵਿੱਚ, ਜਿਸ ਤਰ੍ਹਾਂ ਇੱਥੋਂ ਇਹ ਚੀਜ਼ਾਂ ਬੰਦਾ ਥੋੜ੍ਹਾ ਮਿਹਨਤ ਕਰ ਦੇਵੇ ਨਾ, ਪਤੰਗ ਦੀ ਸ਼ਕਲ ਆ ਜਾਂਦੀ ਇੱਕ, ਮਤਲਬ ਹੁਣ ਜਿਸ ਤਰ੍ਹਾਂ ਬਿਲਕੁਲ ਸਾਦੀ ਹੈਗੀ ਇਹਦੀ ਟੁੱਕ ਨਹੀਂ ਆਉਂਦੀ, ਅਤੇ ਇਹ ਸਗੋਂ ਉਡਾਵੇ ਤਾਂ ਪਤਾ ਵੀ ਲੱਗਦਾ ਹਾਂ ਪਤੰਗ ਉਡਾਈ ਹੋਈ। ਬਾਕੀ ਜੇ ਕਿਸੇ ਨੇ ਆਹ ਪਤੰਗ ਲੈਣੀ ਹੋਏਗੀ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾ ਦਾਂਗਾ, ਅਤੇ ਉਹ ਤੁਸੀਂ ਕੰਟੈਕਟ ਕਰਕੇ ਬਾਏ ਕਰ ਲਿਓ। ਆਹ ਪੰਜ ਪਤੰਗਾਂ, ਤਿੰਨ ਆਹ ਅਤੇ ਇੱਕ ਡਿਜ਼ਾਇਨ ਆਹ ਹੀ, ਬਾਕੀ ਦੱਸਿਓ ਕਿਹੜਾ ਵਧੀਆ ਲੱਗਾ। ਮੈਨੂੰ ਤਾਂ ਵਾਈਟ ਵਾਲਾ ਬਹੁਤ ਵਧੀਆ ਲੱਗਾ ਡਿਜ਼ਾਇਨ, ਜੇ ਕੱਲ੍ਹ ਹਵਾ ਚੱਲੀ ਤਾਂ ਵੇਖਾਂਗਾ ਕਿ ਪਤਾ ਇੱਕ ਵਾਈਟ ਪਤੰਗ ਦੀ ਫਲਾਇੰਗ ਟੈਸਟ ਕਰਦਾ। ਕੱਲ੍ਹ ਹੈਗੀ ਆ ਹਵਾ, ਸਵੇਰ ਦੀ ਹੈਗੀ ਆ, ਬਾਕੀ ਵੇਖੋ ਚਲਦੀ ਤੇ। ਅਤੇ ਆਹ ਹੀ ਅੱਜ ਵਾਇਆ ਪਤੰਗਾਂ ਵਿਖਾਣੀਆਂ ਸੀ, ਅਤੇ ਆਹ ਵੀ ਪਤੰਗਾਂ ਹੈਗੀਆਂ, ਇਹਨਾਂ ਦਾ ਵੀ ਕੁਛ ਕਰਾਂਗੇ ਡਿਜ਼ਾਇਨ ਵੀ ਤਾਂ, ਬਾਕੀ ਇਹਦਾ ਵੀ। ਬਾਕੀ ਆਹ ਪੰਜ ਪਤੰਗਾਂ ਬਣਾਈਆਂ ਸੀ, ਆਹ ਵੀ ਪਿੱਛੋਂ ਬਲੈਕ ਹੈਗੀਆਂ, ਸਾਰਾ ਡਿਜ਼ਾਇਨਿੰਗ ਦਾ ਕੰਮ ਉੱਤੇ ਹੀ ਹੋਇਆ। ਇੱਕ ਉਹ ਗੁੱਡਿਆਂ ਵਾਲਾ ਗੁੱਡੇ ਦੀ ਦੇਖ ਹੀ ਲਿੱਤੀ ਫਲਾਇੰਗ ਡਸ ਹੋਈ, ਆਹ ਡਿਜ਼ਾਇਨ ਦੋ ਬਣਾਈ ਆ ਪਤੰਗਾਂ 'ਤੇ। ਮੈਨੂੰ ਤਾਂ ਵਾਈਟ ਵਾਲਾ ਜ਼ਿਆਦਾ ਵਧੀਆ ਲੱਗਾ, ਥੋੜ੍ਹੇ ਉਹ ਸਿਲਵਰ ਕਾਗਜ਼ ਅਤੇ ਗੋਲਡਨ ਦਾ ਵਰਕ ਜ਼ਿਆਦਾ ਹੋ ਗਿਆ ਨਾ, ਤਾਂ ਕਰਕੇ। ਬਾਕੀ ਗੁੱਡਾ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ, ਪਹਿਲੀ ਵਾਰੀ ਡਿਜ਼ਾਇਨ ਬਣਾਇਆ ਅਤੇ ਪੂਰਾ ਸਹੀ ਬਣ ਗਿਆ, ਅਤੇ ਐਂ ਦਾ ਡਿਜ਼ਾਇਨ ਮੈਨੂੰ ਨਹੀਂ ਲੱਗਦਾ ਕਿਸੇ ਕੋਲ ਹੋਏਗਾ, ਇਹਨਾਂ ਨਾਲੋਂ ਵਧੀਆ ਵੀ ਨਹੀਂ ਹੋਏਗਾ। ਦੇਖੋ ਆਹ ਚੱਕ, ਬਾਕੀ ਇੱਕ ਇਹਦੀ ਮੈਂ ਫਲਾਇੰਗ ਡਸ ਦੀ ਵੀਡੀਓ ਪਾਵਾਂਗਾ ਉੱਡਦੇ ਹੋਏ, ਕਿਉਂਕਿ ਮੈਨੂੰ ਮੈਂ ਬਣਾਇਆ ਨਾ, ਮੈਨੂੰ ਤਾਂ ਪਤਾ ਹੀ ਆ ਇਹ ਇਹਦੀ ਉੱਡਦੇ ਹੋਏ ਜਿਹੜੀ ਲੁੱਕ ਆਉਣੀ ਨਾ ਬਹੁਤ ਵਧੀਆ ਲੱਗਣਾ ਨੇ ਉੱਡਦੇ। ਅਤੇ ਆਹ ਅੱਠ ਉੱਡੇ ਬਣਾਏ ਸੀ, ਅਤੇ ਬਸ ਅੱਜ ਦੀ ਵੀਡੀਓ ਇੱਥੇ ਖਤਮ ਕਰਦਾ। ਪਤੰਗਾਂ ਅਤੇ ਕੁਛ ਦੋ ਤਾਵੇ ਦੇ ਗੁੱਡੇ ਵਿਖਾਣੇ ਸੀ, ਪੂਰਾ ਖਲੇੜਾ ਪੈ ਗਿਆ। ਅਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦਾ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਹੋ ਸਕੇ ਤਾਂ ਅੱਜ ਸ਼ਾਮੀ ਮੈਂ ਲਾਈਵ ਆਵਾਂਗਾ ਫਿਰ, ਅਤੇ ਜੇ ਦੁਕਾਨ 'ਤੇ ਗਿਆ ਅਤੇ ਲਾਈਵ 6-7 ਵਜੇ ਦੇਖ ਲੈਣਾ ਇੱਕ ਵਾਰੀ। ਅਤੇ ਬਸ ਅੱਜ ਦੀ ਵੀਡੀਓ ਇੱਥੇ ਖਤਮ।